आज मैं तमने इंस्टाग्राम की पांच हिडन ट्रिक बताऊं जेका बारे में शायद इकिन पतो होगो तो जानन खातिर थे वीडियो न बिना स्किप करे लास्ट तक देखियो राम राम बि सारा ने टैग डाबा पतारा स्वागत है चलो आपा वीडियो स्टार्ट करा सब ता पहला आपा इंस्टाग्राम न ओपन करांगा ओपन करने का बाद मैं तमने पहली ट्रिक बताऊं ਆਪਾਂ ਕੋਈ ਰੀਲ ਜਾਂ ਪੋਸਟ ਜਲਦਬਾਜ਼ੀ ਮੇਂ ਡਿਲੀਟ ਕਰ ਦਿਆਂ ਔਰ ਆਪਾਂ ਚਾਹਵਾ ਕਿ ਯਾਰ ਇਨ ਮੇਂ ਵਾਪਸ ਲਿਆਉਂ ਤੋ ਤੁਹਾਨੂੰ ਛੋਟੋ ਸੋ ਕੰਮ ਕਰਨਾ ਹੈ ਸਾਰੋਂ ਪਹਿਲਾ ਤੇ ਪ੍ਰੋਫਾਈਲ ਪੇ ਜਾਈਓ ਪ੍ਰੋਫਾਈਲ ਪੇ ਜਾਣ ਕਾ ਬਾਦ ਆਪਾਂ 3 ਡਾਟ ਪਾ ਕਲਿਕ ਕਰ ਦੇਵਾਂਗਾ 3 ਡਾਟ ਪਾ ਕਲਿਕ ਕਰਨ ਕਾ ਬਾਦ ਯੂਅਰ ਐਕਟੀਵਿਟੀ ਇਸ ਪਾ ਕਲਿਕ ਕਰਾਂਗਾ ਇਸ ਪਾ ਕਲਿਕ ਕਰਨ ਕਾ ਬਾਦ ਰੀਸੈਂਟਲੀ ਡਿਲੀਟ ਅੜਾ ਜਾਂਗਾ ਆਪਾਂ ਔਰ ਜੋ ਵੀ ਆਪਾਂ ਡਿਲੀਟ ਕਰਿਓ ਬਿਨ ਰੀਸਟੋਰ ਕਰ ਦੇਵਾਂਗਾ ਇਹ ਆਪਾਂ ਬਾਤ ਕਰਾਂ ਸੈਕਿੰਡ ਟ੍ਰਿਕ ਕੀ ਤੁਹਾਨੂੰ ਪਤਾ ਹੈ ਕਿ WhatsApp ਕੀ ਤਰੀਆਂ ਆਪਾਂ Instagram ਪਾ ਵੀ ਚੈਟਿੰਗ ਕਰਾਂ ਔਰ ਬਿੱਤ ਵੀ ਆਪਾਂ ਆਨਲਾਈਨ ਦਿਖਾਂ ਔਰ ਆਪਾਂ ਚਾਹਾਂ ਆਪਣਾ ਲਾਸਟ ਸੀਨ ਔਰ ਆਨਲਾਈਨ ਕਿਨ ਬਿਨਾ ਦਿਖਾਵਾਂ ਤਾਂ ਆਪਾਂ ਇੱਕ ਸੈਟਿੰਗ ਨਾ ਔਨ ਕਰ ਲੇਵਾਂਗਾ ਜਿੰਗਾ ਬਾਦ ਨਾ ਤੋਂ ਆਪਣਾ ਲਾਸਟ ਸੀਨ ਦੇ ਕੀ ਨਾ ਪੱਕਾ ਡੀਐਕਟਿਵ ਆਇਆ ਆ ਬਾਤ ਪਤਾ ਚਾਲੀ ਠੀਕ ਹੈ ਤਾਂ ਸਾਰੋਂ ਪਹਿਲਾ ਪੱਥਰੀ ਡਾਟ ਪਰ ਕਲਿੱਕ ਕਰਾਂਗਾ ਅਡਾ ਕਲਿੱਕ ਕਰਨੇ ਕਾ ਬਾਅਦ ਆਪਾਂ ਜਾਵਾਂਗਾ ਮੈਸੇਜ ਐਂਡ ਸਟੋਰੀ ਰਿਪਲਾਈ ਔਰ ਇਤ ਆਪਣੇ ਕਿਨੇ অপਸ਼ਨ ਆਵੇਗੋ ਸੋ ਐਕਟੀਵਿਟੀ ਸਟੇਟਸ ਅਡਾ ਆਣ ਕਾ ਬਾਅਦ ਆਪਾਂ ਇਹ ਦੋਨੋਂ অপਸ਼ਨਨ ਆਨ ਆਫ ਕਰ ਦੇਵਾਂਗਾ ਇਹ ਬਾਪਾ ਕਦ ਐਕਟਿਵ ਆਇਆ ਕੁਛ ਵੀ ਕਿਨ ਵੀ ਪਤੋ ਕੌਣ ਚਾ ਲਗੋ ਇਹ ਮੈਂ ਤੁਹਾਨੂੰ ਤੀਸਰੀ ਸੈਟਿੰਗ ਬਤਾਉਂਗੀ ਤੀਸਰੀ ਸੈਟਿੰਗ ਮੇ ਉਪਤੋ ਲਾਗੇ ਕਿ ਆਪਾਂ ਕਿਨ ਕਿਨ ਲਾਈ ਕਰਾਂ ਔਰ ਇੰਸਟਾਗ੍ਰਾਮ ਪਾਪਾ ਕਿਤਨੋ ਕੋ ਟਾਈਮ ਦੇਵਾਂ ਔਰ ਇੰਸਟਾਗ੍ਰਾਮ ਪਾਪਾ ਕਿੱਕੇ ਕਾਂਡ ਕਰਾਖਿਓ ਇੰਨ ਘਤਰਾਪਾ ਸਰਮ ਪਹਿਲਾ 3 ਲਾਈਨ ਪਾ ਕਲਿਕ ਕਰਾਂਗਾ 3 ਲਾਈਨ ਪਾ ਕਲਿਕ ਕਰਨ ਕਾ ਬਾਦ ਯੂਅਰ ਐਕਟੀਵਿਟੀ ਪਾ ਜਾਵਾਂਗਾ ਸਭ ਤੋਂ ਪਹਿਲਾਂ ਆਪਾਂ ਲਾਈਕ ਪਾ ਕਲਿਕ ਕਰਾਂਗਾ ਤੋ ਇਤ ਪਤੋ ਲੱਗ ਜਾਈ ਆਪਾਂ ਕਿਤਨੀ ਕੀ ਪੋਸਟ ਲਾਈਕ ਕਰਾਖੀਆਂ ਕਮੈਂਟ ਪਾ ਕਲਿਕ ਕਰਾਂਗਾ ਤੋ ਆਪਾਂ ਕਿੱਕੇ ਕਮੈਂਟ ਕਰਾ ਕੇ ਆਇਆ ਬਾਤ ਪਤੋ ਲੱਗ ਜਾਈ ਟੈਗ ਪਾ ਜਾਵਾਂਗਾ ਤੋ ਪਤੋ ਲੱਗ ਜਾਈ ਆਪਾਂ ਕਿਨ ਕਿਨ ਕੇ ਟੈਗ ਰੱਖਿਆ ਪੋਸਟ ਕੇ ਡਾਲ ਰੱਖੀ ਹੈ ਰੀਲ ਕੇ ਡਾਲ ਰੱਖੀ ਹੈ ਇਸ ਇਨਫੋਰਮੇਸ਼ਨ ਸਭ ਕੁਝ ਠਾਪਟ ਜਾਈਂ ਅਰ ਆਪਾਂ ਇੰਸਟਾਗ੍ਰਾਮ ਨੇ ਕਿ ਟਾਈਮ ਦੇਵਾ ਇਸ ਤਰ੍ਹਾਂ ਆਪਾਂ ਸਭ ਕੁਝ ਪਤਾ ਚਲ ਜਾਈਂ ਆਪਾਂ ਇੰਸਟਾਗ੍ਰਾਮ ਪਾ ਕਿੱਕੇ ਕਾਂਡ ਕਰਾਖਿਆ ਇਹ ਬਾਕਾ ਚੌਥੀ ਸੈਟਿੰਗ ਪਾ ਜਾਵਾਂਗਾ ਆਪਾਂ ਕਿਤ ਬੀਬੀ ਜੀ ਹੋਵਾ ਆਫਿਸ ਮਾਵਾ ਜਾਂ ਕੋਈ ਔਰ ਕੰਮ ਕਰਤਾ ਹੋਵਾ ਤਾਂ ਆਪਾਂ ਚਾਹਾਂ ਇੰਸਟਾ ਪਾ ਮੈਸੇਜਸ ਤੋਂ ਆਵੇ ਲੇਕਿਨ ਨੋਟੀਫਿਕੇਸ਼ਨ ਆ ਦਿਖਣਾ ਚਾਹੀਏ ਨੋਟੀਫਿਕੇਸ਼ਨ ਦੇਖੀ ਆਪਾਂ ਡੱਡੀ ਸਟੱਪ ਹੋਵਾਂਗਾ ਨੋ ਧਿਆਨ ਭਟਕਾ ਗੋ ਇਹ ਖਾਤਰ ਆਪਾਂ ਇੰਸਟਾਗ੍ਰam ਦਾ ਨੋਟੀਫਿਕੇਸ਼ਨ ਬੰਦ ਕਰ ਦੇਵਾਂਗਾ। ਤੋਂ ਸਭ ਤੋਂ ਪਹਿਲਾਂ ਆਪਾਂ 3 ਲਾਈਨ 'ਤੇ ਕਲਿੱਕ ਕਰਾਂਗਾ। 3 ਲਾਈਨ 'ਤੇ ਕਲਿੱਕ ਕਰਨ ਕਾ ਬਾਦ ਨੋਟੀਫਿਕੇਸ਼ਨ ਆਲ অপਸ਼ਨ 'ਇਸ 'ਤੇ ਕਲਿੱਕ ਕਰ ਦੇਵਾਂਗਾ। ਅਡਾ ਆਣ ਕਾ ਬਾਦ ਪੁਸ਼ਟ ਆਲ 'ਇਸ 'ਤੇ ਕਲਿੱਕ ਕਰ ਦੇਵਾਂਗਾ। ਅਡਾ ਆਪਾਂ ਟਾਈਮ ਚੂਜ਼ ਕਰ ਲੈਵਾਂਗਾ ਆਪਨ 15 ਮਿੰਟ ਤੱਕ ਕੋਈ ਨੋਟੀਫਿਕੇਸ਼ਨ ਨਾ ਦਿਖਣਾ ਚਾਹੀਏ। ਇਹ ਸੈਟਿੰਗ ਕਰਨ ਕਾ ਬਾਦ ਇਹ ਆਪਾਂ ਨੋਟੀਫਿਕੇਸ਼ਨ ਕੋ ਨਹੀਂ ਦਿਖਾਗਾ ਇੰਸਟਾਗ੍ਰam ਕਾ। 5ਵੀਂ ਸੈਟਿੰਗ ਵੀ ਬਹੁਤ ਕਮਾਲੀ ਗਈ ਹੈ। ਥੇ ਅਗਰ ਕਿਉਂ ਪ੍ਰਾਈਵੇਟ ਚੈਟ ਕਰੋ ਔਰ ਤੇ ਚਾਹੋ ਕਿ ਬਿੰਗ ਆ ਨੋਟੀਫਿਕੇਸ਼ਨ ਔਰ ਕਾਲ ਕੁਛ ਵੀ ਨਾ ਆਣਾ ਚਾਹੀਏ ਤਾਂ ਆਪਾਂ ਕੌਣ ਸੀ ਸੈਟਿੰਗ ਓਨ ਕਰਾਂਗਾ ਤਾਂ ਆਪਾਂ ਮੈਸੇਜ ਤੇ ਚਲਾਂਗਾ ਸਾਰੋਂ ਪਹਿਲਾਂ ਮੈਸੇਜ ਤੇ ਜਾਣ ਕੇ ਬਾਅਦ ਆਪਾਂ ਇੱਥੇ ਕਲਿੱਕ ਕਰ ਦੇਵਾਂਗਾ ਔਰ ਬਿੰਗੀ ਪ੍ਰੋਫਾਈਲ ਮੈਂ ਚਲੇ ਜਾਵਾਂਗਾ ਅਡਾ ਆਪਣਾ ਦੋਰਾ ਮਿਊਟ ਕੋ ਆਪਸ਼ਨ ਹੈ ਇਸਪੇ ਕਲਿੱਕ ਕਰ ਦੇਵਾਂਗਾ ਮਿਊਟ ਮੈਸੇਜ ਵੀ ਕਰ ਦੇਵਾਂਗਾ 1 ਘੰਟੇ ਤੱਕ 2 ਘੰਟੇ ਤੱਕ ਜਾਂ ਫਿਰ ਲਿਮਿਟ ਟਾਈਮ ਤੱਕ ਮਿਊਟ ਕਾਲ ਵੀ ਕਰ ਦੇਵਾਂਗਾ ਇਹ ਇਹ ਬੰਦਾ ਕਾ ਆਪਣਾ ਦੁਰਾ ਨਾ ਤਾਂ ਕਾਲ ਆਵੇਗੀ ਨਾ ਮੈਸੇਜ ਆਵਾਗਾ ਠੀਕ ਹੈ ਤੋ ਭਈ ਇਹ ਹੀ ਇੰਸਟਾਗ੍ਰam ਕੀ ਪੰਜ ਬੜੀਆ ਸੈਟਿੰਗ ਮੈਂ ਉਮੀਦ ਕਰੂ ਕਿ ਤਾਨਾ ਮੇਰੀ ਵੀਡੀਓ ਪਸੰਦ ਆਈ ਹੋਗੀ ਅਰ ਪਸੰਦ ਆਈ ਹੈ ਤੋ ਲਾਈਕ ਤੋ ਬਣਾ ਭਈ ਚੈਨਲ ਵੀ ਸਬਸਕ੍ਰਾਈਬ ਕਰ ਦਿਓ ਤਾਂ ਕਿ ਤਮਨੇ ਅਗਲੀ ਵੀਡੀਓ ਕੀ ਅਪਡੇਟ ਸਭ ਤੋਂ ਪਹਿਲਾਂ ਮਿਲੇ ਧੰਨਵਾਦ ਬੀਤਾਰਾ